ਵੇਖਿਆ ਉੱਥੇ ਉੱਥੇ ਇਹ ਵੇਖਿਆ ਵੀ ਪਹਿਲੀ ਗੱਡੀ ਲਿਆ ਕੇ ਸਿੱਖਾਂ ਨੇ ਸਾਰੀ ਮਾਰੀ ਹੋਈ ਸੀ ਕਤਲ ਕੀਤੀ ਹੋਈ ਸੀ ਅੱਖਾਂ ਨਾਲ ਵੇਖਿਆ ਸੀ ਰੋਂਦੇ ਸੀ ਵੀ ਅਸੀਂ ਵੀ ਨਹੀਂ ਹੁਣ ਜਾਣਾ ਸਾਰੀ ਉਹ ਜਿੰਨੀ ਗੱਡੀ ਭਰੀ ਹੋਈ ਸੀ ਸਭ ਰੋਂਦੀ ਸੀ ਵੀ ਅਸੀਂ ਕਿਹੜਾ ਹੁਣ ਜਾਣਾ ਇਹ ਪਤਾ ਹੁੰਦਾ ਗੱਡੀ 'ਚ ਬਹਿੰਦੇ ਹੀ ਨਾ ਹੈਂ ਉੱਥੋਂ ਫਿਰ ਬਾਹਰ ਨਿਕਲ ਕੇ ਹੁਣ ਮਰੇ ਫੇਰ ਲੱਗੀਆਂ ਨੇ ਕਸੂਰ ਦੇ ਤਾਂਗੇ ਤਾਂਗੇ ਉਹ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ ਤੇ ਯਕੀਨ ਕਰਿਓ ਉਹ 1 ਰੁਪਈਏ ਦੀ ਉਹ ਪਿਓ ਸੀ ਉਹਨਾਂ ਇੰਨੀ ਕੁ ਦਿੱਤੀ ਮੈਂ ਉਹ ਖਾਧੀ ਮੈਂ ਕਿਹਾ ਦਾਦੀ ਮੇਰਾ ਕੁਝ ਨਹੀਂ ਬਣਿਆ ਫਿਰ ਉਹਨੇ 1 ਰੁਪਈਆ ਦਿੱਤਾ ਲੈ ਕਹਿੰਦੀ ਹੁਣ ਇੰਨੀ ਤਾਂ ਪਿਓ ਸੀ ਭੁੱਖੇ 12 ਪੈਰਾਂ ਦੇ ਸੀ ਮੈਂ ਕਿਹਾ ਦਾਦੀ ਮੇਰਾ ਕੁਝ ਨਹੀਂ ਬਣਿਆ ਮੈਨੂੰ ਰੋਟੀ ਦਿਓ ਸਾ ਕਿਹਾ ਪੁੱਤਰ 1 ਹੋਰ ਲਾਇਆ ਉਹ ਫਿਰ ਜਦੋਂ 3 ਖਾ ਲਈਆਂ ਕਹਿੰਦੀ ਕੋ ਤਸੱਲੀ ਹੋਈ ਆ ਮੈਂ ਕਿਹਾ ਦਾਦੀ ਮੈਂ ਕੋਈ ਨਹੀਂ ਰੱਜਿਆ ਰੁਜਿਆ ਫਿਰ ਉਹਨੇ ਮੈਨੂੰ ਉੱਠ ਕੇ ਨਲਕਾ ਦੇਖ ਕੇ ਨਲਕੇ ਤੋਂ ਪਾਣੀ ਪਿਆਇਆ ਜਦੋਂ ਪਾਣੀ ਮੈਂ ਪੀ ਲਿਆ ਮੈਨੂੰ ਕਹਿੰਦੀ ਪੁੱਤ ਹੁਣ ਦੱਸ ਮੈਂ ਕਿਹਾ ਆਹ ਦਾਦੀ ਹੁਣ ਮੈਂ ਰੱਜ ਗਿਆ ਨਹੀਂ ਫਿਰ ਅਸੀਂ ਉੱਥੇ ਸੁੱਤੇ ਅਤੇ ਸਵੇਰ ਨੂੰ ਜਿਹੜਾ ਪੈਦਲ ਕਾਫਲਾ ਸੀ ਉਹ ਵੀ ਆ ਰਲਿਆ ਉਹ ਵੀ ਆ ਕਿੱਥੇ ਬੈਠੇ ਆ ਗਏ ਚੱਲ ਬੈਠੇ ਹਾਂਜੀ ਚੱਲ ਕਿੰਨੇ ਦਿਨ ਰਹੇ ਹੋ ਹੈਂ ਕਿੰਨੇ ਦਿਨ ਰਹੇ ਚੱਲ ਦਿਨ ਕੀ ਰਹੇ ਹਾਂ ਸਿਰਫ ਘੰਟੇ ਰਹੇ ਹਾਂ 2-4 ਜਦ ਨੂੰ ਬੰਦਿਆਂ ਸਲਾਹ ਕਰ ਲਈ ਵੀ ਇਹਨਾਂ ਨੂੰ ਬੀਬੀਆਂ ਨੂੰ ਬੜੀ ਹਵੇਲੀ ਸੀ ਸਰਦਾਰਾਂ ਦੀ ਬਈ ਇਹਨਾਂ ਨੂੰ ਸਾੜੋ ਅਤੇ ਆਪ ਲੜਾਂਗੇ ਬੀਬੀਆਂ ਬੱਚੇ ਸਾਡੇ ਵਰਗਿਆਂ ਨੂੰ ਬਾਹੋਂ ਖਿੱਚ ਕੇ ਬਾਹਰ ਨਿਕਲਿਆ ਉਹਨਾਂ ਕਿਹਾ ਤੁਸੀਂ ਮਰੋ ਅਸੀਂ ਨਹੀਂ ਮਰਨਾ ਕਿੰਨੇ ਸਲਾਹ ਬਣਾਈ ਸੀ ਕਿ ਬੀਬੀਆਂ ਸਾੜ ਦਈਏ ਉਹ ਜੀ ਫਿਰ ਉੱਥੇ ਦੁਨੀਆਂ ਡਰਦੀ ਸੀ ਵੀ ਇਹ ਹੁਣ ਸਾਡੀ ਬੇਇੱਜ਼ਤੀ ਨਾ ਹੋਵੇ ਸਾਡੀਆਂ ਧੀਆਂ ਭੈਣਾਂ ਨੂੰ ਇਹਨਾਂ ਨੇ ਸਾਡੇ ਸਾਹਮਣੇ ਖੋਣਾ ਅਬਦੁਲ ਹਮੀਦ ਖਾਨ ਦਾਦਾ ਜੀ ਦਾ ਨਾਮ ਪਤਾ ਹੈਗਾ ਕੀ ਨਾਮ ਗੁਲਾਮ ਮੁਸਤਫਾ ਖਾਨ ਕਿਹੜਾ ਪਿੰਡ ਸੀ ਆਪਣਾ ਚਪੜੌਦਾ ਹਾਂਜੀ ਚਪੜੌਦਾ ਚਪੜੌਦਾ ਉਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ ਲਹਿੰਦੇ ਪਾਸੇ ਝੱਲ ਇਹਦੇ ਭਾਦ ਵਾਲੇ ਪਾਸੇ ਨਵਾਂ ਪਿੰਡ ਸਰਦਾਰਾਂ ਦਾ ਅਤੇ ਚੜ੍ਹਦੇ ਪਾਸੇ ਨੂੰ ਕਰਕੇ ਇਸ ਪਾਸੇ ਨੂੰ ਕਰਕੇ ਚੌਂਦਾ ਸੀ ਇਸ ਪਾਸੇ ਕਰਕੇ ਬਾਠਾਂ ਦਾ ਉਹਦੀ ਤਹਿਸੀਲ ਕਿਹੜੀ ਸੀ ਤਹਿਸੀਲ ਧੂਰੀ ਜ਼ਿਲ੍ਹਾ ਰਿਆਸਤ ਪਟਿਆਲਾ ਜੀ ਜ਼ਿਲ੍ਹਾ ਸੁਨਾਮ ਆਉਣਾ ਸਹੀ ਹੋ ਗਿਆ ਕਿੱਡਾ ਕੁ ਪਿੰਡ ਸੀ ਤੁਹਾਡਾ ਛੋਟਾ ਜਿਹਾ ਸੀ ਮੁਸਲਮਾਨਾਂ ਦੇ ਕਿੰਨੇ ਘਰ ਸੀ ਤੇ ਸਿੱਖਾਂ ਦੇ ਸਾਰਾ ਮੁਸਲਮਾਨਾਂ ਦੇ ਹੀ ਸਾਰ ਚੂੜੇ ਸੀ ਸਿਰਫ ਵਿੱਚ ਕਿੰਨੀਆਂ ਪੱਤੀਆਂ ਰਹਿੰਦੀਆਂ ਸੀ ਉੱਥੇ ਤੁਹਾਡੀਆਂ ਪੱਤੀਆਂ ਕਿੰਨੀਆਂ ਪੱਤੀਆਂ ਸਨ ਛੋਟਾ ਜਿਹਾ ਹੈ ਜੇ ਮੰਗੂ ਹੀ ਛੋਟਾ ਜਿਹਾ ਹੈ ਦੋ ਗਲੀਆਂ ਪਈਆਂ ਤਿੰਨ ਅੱਛਾ ਤਿੰਨ ਗਲੀਆਂ ਪੈਂਦੀਆਂ ਛੋਟਾ ਜਿਹਾ ਪਿੰਡ ਸੀ ਛੋਟਾ ਜਿਹਾ ਪਿੰਡ ਤੇ ਜ਼ਮੀਨ ਜ਼ਮੂਨ ਕਿੰਨੀ ਸੀ ਪਿੰਡ ਦੀ ਪਤਾ ਕੋਈ ਜ਼ਮੀਨ ਸਾਡੀ 8ਵੀਂ ਢੇਰੀ ਸੀ ਤੇ 532 ਵਿਘੇ ਰਕਬਾ ਸੀ ਸਾਡੇ ਕੋਲ ਸਹੀ ਸਹੀ ਤੁਹਾਡੇ ਬਜ਼ੁਰਗ ਵਾਹੀ ਕਰਦੇ ਸਨ ਕੀ ਕਰਦੇ ਸਨ ਵਾਹੀ ਕਰੀ ਸਾਡੇ ਬਾਈ ਤਾਂ ਸ਼ਿਕਾਰ ਨੂੰ ਚੁਗਲੇ ਰਹਿੰਦੇ ਸੀ ਸ਼ਿਕਾਰ ਨੂੰ ਤੋੜੇ ਰਹਿੰਦੇ ਸਾਡੇ ਪਿੰਡ ਮਸਜਿਦ ਇੱਕੋ ਹੀ ਸੀ ਕੱਚੀ ਸੀ ਪੱਕੀ ਸੀ ਪੱਕੀ ਪੱਕੀ ਮਸਜਿਦ ਇੱਕ ਨਵੇਂ ਪਿੰਡੋਂ ਪਹਿਲਾਂ ਆਉਂਦਾ ਸੀ ਇਸ ਪਾਸਿਓਂ ਉਹ ਵੀ ਆ ਕੇ ਖੂਹੀ ਦੇ ਕੋਲ ਨਾ ਚੌਂਕ ਜਿਹਾ ਬਣ ਜਾਂਦਾ ਸੀ ਇਹ ਕਹਿੰਦੇ ਚੌਂਦੇ ਵਾਲੇ ਪਾਸਿਓਂ ਆਉਂਦਾ ਸੀ ਉਹ ਵੀ ਪਿੰਡ 'ਚ ਆ ਕੇ ਵੜ ਕੇ ਨਾ ਚੌੜਾ ਜੀ ਛੱਤ ਸੀ ਉਹਦੇ ਚੜ੍ਹਦੇ ਪਾਸੇ ਜਿਹੜੇ ਸੀ ਨਾ ਮਕਾਨ ਉਹ ਹਵੇਲੀਆਂ ਸੀਆਂ ਭੱਟੀਆਂ ਦੀਆਂ
बच्चे जाते अमरगढ़ ਲੈਂਦੇ ਚਾਚੇ ਹਬੀਬ ਦਾ ਸੀ ਇਸ ਪਾਸੇ ਨੂੰ ਕਰਕੇ ਇਸ ਪਾਸੇ ਕਰਕੇ ਆ ਜਾਂਦੇ ਚਾਚੇ ਲਤੀਫ ਦੇ ਬਾਬੇ ਰਹਿਣੇ ਕਹਿੰਦਾ ਖੂਹ ਇਧਰਲੇ ਪਾਸੇ ਨਾਲ ਹੀ ਮਸਜਿਦ ਆ ਜਾਂਦੀ ਸੀ ਤਕੀਆ ਸਾ ਬੜਾ ਸਾਰਾ ਬਹੁਤ ਸੀ ਬਹੁਤ ਵੱਡੀ ਖੜੀ ਕਿੱਥੇ ਕੁ ਇਸ ਪਾਸੇ ਮਸਜਿਦ ਦੇ ਨਾਲ ਹੀ ਅੱਛਾ ਮਸਜਿਦ ਦੇ ਨਾਲ ਬੋਰਡ ਸੀ ਹਾਂ ਕਾਫੀ ਵੱਡਾ ਬੋਰਡ ਸੀ ਬਹੁਤ ਵੱਡਾ ਬੋਰਡ ਸੀ ਮਸਜਿਦ ਕਾਫੀ ਵੱਡੀ ਸੀ ਕਿ ਛੋਟੀ ਮਸਜਿਦ ਬਾਬਾ ਵੱਡੀ ਸੀ ਉੱਥੇ ਖਾਨਗਾਹ ਵੀ ਬਣੀ ਹੋਈ ਸੀ ਕਿਸੇ ਬਜ਼ੁਰਗ ਦੀ ਮੇਲਾ ਮੇਲਾ ਲੱਗਦਾ ਸੀ ਉਹ ਇਹ ਕਰਾਉਂਦੇ ਹੁੰਦੇ ਇਹਨਾਂ ਨੂੰ ਕੀ ਕਹਿੰਦੇ ਨਾ ਆ ਮਹਿਫਲਾਂ ਪਿੱਛੋਂ ਵੱਡ ਟੁੱਕ ਹੋਈ ਹੈ ਸਾਡੇ ਤੋਂ ਬਾਅਦ ਤੁਸੀਂ ਫਿਰ ਉੱਥੋਂ ਨਿਕਲੇ ਹੋ ਅਸੀਂ ਨਿਕਲੇ ਫਿਰ ਤੁਸੀਂ ਕਿੱਥੇ ਜਾ ਕੇ ਬੈਠੇ ਅਸੀਂ ਮਲੇਰਕੋਟ ਆ ਗਏ ਉਹਦੀ ਰਿਆਸਤ ਦੇ ਵਿੱਚ ਮਲੇਰਕੋਟ ਦਾ ਵੈਸੇ ਨਜ਼ਦੀਕ ਪੈਂਦਾ ਪਟਿਆਲੇ ਨੂੰ ਦੂਸਰੇ ਮੁਸਲਮਾਨ ਹਕੂਮਤ ਯਾਨੀ ਸਿਆਸਤ ਹੋਣ ਦੀ ਵਜ੍ਹਾ ਨਾਲ ਉੱਥੇ ਆ ਕੇ ਵਾਕਫੀਆਂ ਵੀ ਹੁੰਦੀਆਂ ਨੇ ਪੰਜ ਸੱਤ ਮੀਲ 'ਤੇ ਜਿਹੜੀ ਹੁੰਦੀ ਉਹ ਸਾਰੇ ਉੱਥੇ ਹੀ ਆ ਗਏ ਉੱਥੇ ਗਾਲਬਨ ਕੋਈ ਮਹੀਨਾ ਕਿ ਰਹੇ ਮਹੀਨਾ ਕੁ ਕਿੰਨਾ ਕੁ ਮੁਸਲਮਾਨ ਇਕੱਠਾ ਹੋਇਆ ਸੀ ਉੱਥੇ ਸਾਡੇ ਤਿੰਨ ਚਾਰ ਪਿੰਡ ਸੀ ਤੁਹਾਡੇ ਪਿੰਡ ਚਾਰ ਪਿੰਡ ਸੀ ਚਾਰ ਪਿੰਡ ਚੱਲ ਝੁੰਦਾ ਚਪੜੌਦਾ ਭੁੰਕੀ ਅਤੇ ਮਾਨੀ ਬੀਠੀ ਸਹੀ ਸਹੀ ਅੱਛਾ ਉੱਥੋਂ ਫਿਰ ਕਿੰਨੇ ਦਿਨਾਂ ਬਾਅਦ ਨਿਕਲੇ ਤੁਸੀਂ ਅੱਗੇ ਮਹੀਨੇ ਕੁ ਬਾਅਦ ਫਿਰ ਸਾਨੀ ਅਸੀਂ ਤਾਂ ਪੈਦਲ ਆਏ ਕਈ ਟ੍ਰੇਨਾਂ 'ਚ ਵੀ ਆਏ ਅਸੀਂ ਪੈਦਲ ਆਏ ਲਾਹੌਰ ਤੱਕ ਲਾਹੌਰ ਤੱਕ ਕਾਫਲੇ ਦੇ ਨਾਲ ਆਏ ਤੁਸੀਂ ਕਾਫਲੇ ਦੇ ਨਾਲ ਰਾਸ਼ਨ ਇਕੱਠਾ ਕਰ ਲੋ ਤੁਹਾਨੂੰ 11-12 ਦਿਨ ਲੱਗ ਜਾਣੇ ਉਹ ਫਿਰ ਪਿੰਡੋਂ ਤੇ ਅਸੀਂ ਨਿਕਲੇ ਸਕੂਨ ਨਾਲ ਗੱਡੀਆਂ ਸਮਾਨ ਲੱਦ ਕੇ ਇੱਥੇ ਆ ਗਏ ਇੱਥੇ ਮਹੀਨਾ ਰਹੇ ਅਸੀਂ ਖਰਚ ਆਪਣਾ ਹੀ ਕਰਦਾ ਕਿਸੇ ਕੋਲ ਮੰਗ ਕੇ ਨਹੀਂ ਕਰਦਾ ਸਾਡੇ 'ਤੇ ਅਟੈਕ ਨਹੀਂ ਹੋਇਆ ਹੋਣਾ ਸੀ ਅਟੈਕ ਜਿਹਦੀ ਕਬਲਤ ਚਲਾ ਸਾਨੂੰ ਹੋ ਗਈ ਰਾਤ ਨੂੰ ਅਸੀਂ ਫਿਰ ਸਵੇਰੇ ਨਿਕਲ ਕੇ ਅਤੇ ਮਲੇਰਕੋਟ ਪਹੁੰਚੇ ਕਿੱਥੇ ਬੈਠੇ ਆ ਗਏ ਚੱਲ ਬੈਠੇ ਹਾਂਜੀ ਚੱਲ ਕਿੰਨੇ ਦਿਨ ਰਹੇ ਹੋ ਸਿਰਫ ਘੰਟੇ ਰਹੇ ਆ ਦੋ ਚਾਰ ਜਦ ਨੂੰ ਬੰਦਿਆਂ ਸਲਾਹ ਕਰ ਲਈ ਵੀ ਇਹਨਾਂ ਨੂੰ ਬੀਬੀਆਂ ਨੂੰ ਬੜੀ ਹਵੇਲੀ ਸੀ ਸਰਦਾਰਾਂ ਦੀ ਬਈ ਇਹਨਾਂ ਨੂੰ ਸਾੜੋ ਤੇ ਆਪ ਲੜਾਂਗੇ ਬੀਬੀਆਂ ਬੱਚੇ ਸਾਡੇ ਵਰਗਿਆਂ ਨੂੰ ਬਾਹੋਂ ਖਿੱਚ ਕੇ ਬਾਹਰ ਨਿਕਲਿਆ ਉਹਨਾਂ ਕਿਹਾ ਤੁਸੀਂ ਮਰੋ ਅਸੀਂ ਨਹੀਂ ਮਰਨਾ ਕਿੰਨੇ ਸਲਾਹ ਬਣਾਈ ਸੀ ਕਿ ਬੀਬੀਆਂ ਸਾੜ ਦਈਏ ਉਹ ਜੀ ਫਿਰ ਉੱਥੇ ਦੁਨੀਆ ਡਰਦੀ ਸੀ ਵੀ ਇਹ ਹੁਣ ਸਾਡੀ ਬੇਇੱਜ਼ਤੀ ਨਾ ਹੋਵੇ ਸਾਡੀਆਂ ਧੀਆਂ ਭੈਣਾਂ ਨੂੰ ਇਹਨਾਂ ਨੇ ਸਾਡੇ ਸਾਹਮਣੇ ਖੋਣਾ ਬਿਲਕੁਲ ਬੱਚੇ ਬੀਬੀਆਂ ਅਮਨੋ ਮਾਨ ਫਿਰ ਲੈ ਕੇ ਤੁਰ ਪਏ ਵੀ ਜਿਹੜਾ ਕੁਛ ਹੈਗਾ ਹੋਊਗਾ ਉਹ ਦੇਖਿਆ ਜਾਊਗਾ ਤੇ ਫਿਰ ਉਹ ਕਾਫਲਾ ਇੰਜਦਾ ਸੀ ਕੁਦਰਤ ਅਲਾਹੀ ਵੱਲੋਂ ਬੱਚਾ ਵੀ ਨਹੀਂ ਸੀ ਕੋਈ ਰੋਂਦਾ ਨਹੀਂ ਸੀ ਨਾ
ਕਹਿੰਦੇ ਬਾਰਿਸ਼ਾਂ ਉਦੋਂ ਇੰਨੀਆਂ ਪੈ ਰਹੀਆਂ ਸੀ, ਬਾਰਿਸ਼ਾਂ ਪੈ ਰਹੀਆਂ ਸੀ। ਹਾਂਜੀ, ਇਹ ਮੈਂ ਤਾਂ ਕਾਫਲੇ ਦੀ ਗੱਲ ਕਰਦਾ ਬਈ, ਉਹ ਬੱਚਾ ਵੀ ਕੋਈ ਨਹੀਂ ਸੀ ਰੋਂਦਾ, ਚੂੰ ਨਾ ਚਰਾ ਕਰਦਾ, ਇੰਨਾ ਕੋ ਖੁਦਾ ਦੀ ਤਰਫੋਂ ਸੀ। ਬੰਦਿਆਂ ਨੇ ਤਾਂ ਕੀ ਖੰਘਣਾ ਬੋਲਣਾ ਸੀ, ਡਰਦਿਆਂ ਨੇ ਵੀ ਇੱਧਰੋਂ ਨਾ ਸਿੱਖ ਪੈ ਜਾਣ, ਇੱਧਰੋਂ ਨਾ ਪੈ ਜਾਣ। ਤੁਹਾਨੂੰ ਕਾਫਲੇ ਨੂੰ ਸਿੱਖ ਪਿਆ ਨਹੀਂ ਕੋਈ? ਨਹੀਂ, ਸਿੱਖ ਕੋਈ ਨਹੀਂ ਸਾਨੂੰ ਪਿਆ, ਅਸੀਂ ਅਮਨ ਅਮਾਨ ਕੋਟਲੇ ਆ ਗਏ। ਅੱਛਾ, ਉੱਥੇ ਕਿੰਨੇ ਦਿਨ ਬੈਠੇ? ਉੱਥੇ ਹੁਣ ਮੇਰਾ ਖਿਆਲ ਆ ਕੋ 15-20 ਦਿਨ ਬੈਠੇ ਹੀ ਹੋਵਾਂਗੇ। 22 ਦਿਨ ਬੈਠੇ? 22 ਦਿਨ ਬੈਠੇ। ਹਾਂਜੀ, ਸਹੀ ਹੋ ਗਿਆ। ਉਸ ਤੋਂ ਬਾਅਦ ਫਿਰ ਤੁਸੀਂ ਕਿੱਦਾਂ ਨਿਕਲੇ ਉੱਥੋਂ? ਉੱਥੋਂ ਜੀ ਫਿਰ ਉਹਨਾਂ ਨੇ ਪਹਿਲਾਂ ਤਾਂ ਐਲਾਨ ਇਹ ਕੀਤਾ ਸੀ ਵੀ ਸ਼ਾਇਦ ਜਾ ਕੋਈ ਨਹੀਂ ਸਕਦੀ ਕੋਟਲੇ ਵਾਲਿਆਂ ਨੇ। ਹਾਂਜੀ, ਉਸ ਤੋਂ ਬਾਅਦ ਦੇ ਵਿੱਚ ਤੁਰਨ ਵੇਲੇ ਇਹ ਗੱਲ ਕਹਿਤੀ ਵੀ ਜਿਹੜਾ ਕੋਈ ਕਿਸੇ ਕੋਲ ਹੈ ਹੀਲਦਾ ਜਾਣ ਵਾਲਾ ਉਹ ਲਿਜਾ ਸਕਦਾ। ਸਹੀ, ਉੱਥੋਂ ਫਿਰ ਸਾਡੇ ਨਾਲ ਲੱਗੀ ਹੈ ਕੋਟਲੇ ਵਾਲੀ ਫੌਜ। ਸਹੀ, ਉਹ ਮੁਸਲਮਾਨਾਂ ਦੀ ਸੀ, ਉਹਨਾਂ ਨੇ ਵੋਟ ਦਿੱਤੇ ਸੀ ਕਾਂਗਰਸ ਨੂੰ ਲਿਖ ਲਿਖਾ ਕਰਕੇ ਬਈ ਮੇਰੀ ਹੱਦ 'ਚ ਜਿਹੜਾ ਆ ਜਾ ਮੁਸਲਮਾਨ ਤੁਸੀਂ ਮਾਰਨਾ ਨਹੀਂ। ਅੱਛਾ, ਮਲੇਰਕੋਟ ਵਾਲਿਆਂ ਨੂੰ ਕਿਹਾ ਸੀ? ਹਾਂਜੀ, ਉਹਨਾਂ ਵੋਟਾਂ ਕਾਂਗਰਸ ਨੂੰ ਦਿੱਤੀਆਂ ਸੀ ਇਹ ਮੁਆਹਦਾ ਕਰਕੇ, ਅਸੀਂ ਜੇ ਉਧਰੋਂ ਬਚੇ ਹਾਂ ਤਾਂ ਸਿਰਫ ਉਹਦੇ ਹੀਲੇ ਨਾਲ ਬਚੇ ਹਾਂ। ਹੈਂ, ਤੇ ਜਦੋਂ ਫਿਰ ਉਹ ਕਾਫਲਾ ਤੁਰ ਪਿਆ ਉਹ ਲਈ ਹੈ ਉਹਦੀ ਹੱਦ ਮੁੱਕੀ ਹੈ। ਹਾਂਜੀ, ਉਸ ਫਿਰ ਫੌਜੀਆਂ ਐਲਾਨ ਕੀਤਾ ਵੀ ਜਿਹੜੀਆਂ ਬੀਬੀਆਂ ਨੇ ਉਹ ਨਕਾਬ ਕਰਕੇ ਪਰਦੇ 'ਚ ਜਾਇਓ, ਡੋਗਰਿਆਂ ਦੀ ਫੌਜ ਲੱਗਣੀ ਹੈ ਨਾਲ। ਸਹੀ, ਉਹ ਐਡੇ ਐਡੇ ਕੁੰਦੇ ਸੀ, ਬੜੇ ਭੈਣੀ ਅੱਖ ਸੀ ਕੀ ਦੱਸੀਏ। ਹੈਂ, ਉਹ ਇਹ ਵੀ ਕੰਮ ਕਰਦੇ ਸੀ ਜਿਹੜੀ ਕੋਈ ਸੋਹਣੀ ਸੁਥਰੀ ਬੀਬੀ ਸੀ ਉਹਨੂੰ ਵੀ ਫੜ ਕੇ ਖਿੱਚ ਲੈਂਦੇ ਸੀ ਕਾਫਲੇ 'ਚ। ਐਡੇ ਜ਼ਾਲਮ ਸਨ, ਐਡੇ ਜ਼ਾਲਮ ਸੀ। ਅਤੇ ਜਿੰਨਾ ਚਿਰ ਕੋਟਲੇ ਵਾਲੀ ਫੌਜ ਸਾਡੇ ਨਾਲ ਰਹੀ ਹੈ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਈ। ਪਰੇਸ਼ਾਨੀ ਜੇ ਕਾਫਲੇ ਦੇ ਵਿੱਚੋਂ ਭੱਜ ਕੇ ਵੀ ਕੋਈ 2-4 ਪੈਲੀਆਂ ਬੰਦਾ ਟੁਰ ਗਿਆ ਨਾ ਕੋਈ ਸ਼ੈ ਲੈਣ, ਅਤੇ ਉਹਨਾਂ ਆਵਾਜ਼ਾਂ ਹੀ ਮਾਰੀਆਂ ਨੇ ਓਏ ਆ ਜਾਓ ਓਏ ਆ ਜਾਓ, ਉਹਨਾਂ ਤੰਗੀ ਨਹੀਂ ਸਾਨੂੰ ਦਿੱਤੀ। ਕਿੱਥੇ ਤੱਕ ਤੁਹਾਡੇ ਨਾਲ ਆਈ ਮਲੇਰਕੋਟਲਾ ਦੀ ਫੌਜ ਜਿਹੜੀ ਸੀ? ਆਪਣੀ ਹੱਦ ਤਾਂ ਸੜਕ ਤੋਂ ਹੇਠ ਉਤਰਦੇ ਸੀ, ਉਹ ਕੁੱਟਣ ਡਹਿ ਪੈਂਦੇ ਸੀ। ਉਹ ਫਿਰ ਤੁਹਾਨੂੰ ਕਿੱਥੇ ਤੱਕ ਛੱਡ ਕੇ ਗਏ ਨੇ? ਇਹ ਨਹੀਂ ਹੁਣ ਪਤਾ ਵੀ ਉਹ ਕਿੱਥੇ ਤੱਕ ਡੰਡਾ ਸਿੰਘ ਵਾਲੇ ਤੱਕ ਜੀ ਲਾਹੌਰ ਬਾਰਡਰ ਤੱਕ ਸੰਚਾਰ ਡੰਡਾ ਸਿੰਘ ਵਾਲੇ ਤੱਕ। ਕਿਉਂ? ਉਹ ਵਜ੍ਹਾ ਇਹ ਹੋ ਗਈ ਸੀ ਨਾ, ਫਿਰ ਲੱਗ ਗਈ ਸੀ ਰੇਲ ਗੱਡੀ ਬਈ ਵਡੇਰੇ ਬੱਚੇ ਇਹ ਗੱਡੀ ਦੇ ਵਿੱਚ ਚਾੜ ਦਿਓ ਲਾਹੌਰ ਪਹੁੰਚ ਜਾਣਗੇ। ਸਹੀ, ਉਹ ਸਾਨੂੰ ਫਿਰ ਚਾੜਤਾ ਸੀ ਲਾਹੌਰ ਮੈਨੂੰ ਅਤੇ ਮੇਰੀ ਦਾਦੀ ਨੂੰ ਬਈ ਜਾਓ। ਉਹ ਜਦੋਂ ਅਸੀਂ ਆਇਆ ਗੱਡੀ ਆਈ ਹੈ ਕਸੂਰ ਅਤੇ ਪਰਾਂ, ਉੱਥੇ ਅੰਜ ਸੀ ਕਾਨੇ ਸਰਵਾੜ ਦੇ, ਉਹ ਜਦ ਇੱਥੇ ਅਖੇ ਉੱਤਰ ਜਾਓ ਅੱਗੇ ਨਹੀਂ ਗੱਡੀ ਜਾਂਦੀ, ਤੋਬਾ ਫਿਰ ਤੋਬਾ। ਉੱਥੇ ਫਿਰ ਪੈਰ ਧਰਮ ਨੇ ਥਾਂ ਕੋਈ ਨਹੀਂ ਸੀ। ਕੀ ਵੇਖਿਆ ਉੱਥੇ? ਉੱਥੇ ਇਹ ਵੇਖਿਆ ਵੀ ਪਹਿਲੀ ਗੱਡੀ ਲਿਆ ਕੇ ਸਿੱਖਾਂ ਨੇ ਸਾਰੀ ਮਾਰੀ ਹੋਈ ਸੀ, ਮਾਰੀ ਹੋਈ ਸੀ, ਕਤਲ ਕੀਤੀ ਹੋਈ ਸੀ। ਆਪਣੀ ਅੱਖਾਂ ਵੇਖਿਆ? ਅੱਖਾਂ ਨਾਲ ਵੇਖਿਆ ਸੀ। ਰੋਂਦੇ ਸੀ ਵੀ ਅਸੀਂ ਵੀ ਨਹੀਂ ਹੁਣ ਜਾਣਾ, ਸਾਰੀ ਉਹ ਜਿੰਨੀ ਗੱਡੀ ਭਰੀ ਹੋਈ ਸੀ ਸਭ ਰੋਂਦੀ ਸੀ ਵੀ ਅਸੀਂ ਕਿਹੜਾ ਹੁਣ ਜਾਣਾ, ਇਹ ਪਤਾ ਹੁੰਦਾ ਗੱਡੀ 'ਚ ਬਹਿੰਦੇ ਹੀ ਨਾ। ਹੈਂ, ਉੱਥੋਂ ਫਿਰ ਬਾਹਰ ਨਿਕਲ ਕੇ ਹੁਣ ਮਰੇ ਫੇਰ ਲੱਗੀਆਂ ਨੇ ਕਸੂਰ ਦੇ ਤਾਂਗੇ ਤਾਂਗੇ ਉਹ ਲੈਂਦੇ ਸੀ 5 ਰੁਪਈਏ। ਸਹੀ, ਤੇ 5 ਰੁਪਈਏ ਲੈ ਕੇ ਤੇ ਕਸੂਰ ਲਾਉਂਦੇ ਸੀ। ਸਾਨੂੰ ਫਿਰ ਰਾਤ ਭੁੱਖਣ ਭਾਣਿਆਂ ਨੂੰ ਉੱਥੇ ਹੀ ਕੱਟਣੀ ਪਈ ਆ। ਅੱਜ ਸਾਨੂੰ ਜਗ੍ਹਾ ਮਿਲੀ ਆ ਆਉਣ ਦੀ, ਤਾਂਗਾ ਮਿਲਿਆ ਦੂਜੇ ਦਿਨ ਸ਼ਾਮ ਨੂੰ। ਤੁਸੀਂ ਉੱਥੇ ਹੀ ਰਹੇ ਜਿੱਥੇ ਗੱਡੀ ਵੱਡੀ ਹੋਈ? ਜਿੱਥੇ ਗੱਡੀ ਵੱਡੀ ਹੋਈ ਸੀ, ਬਥੇਰੀ ਦੁਨੀਆ ਸੀ ਉੱਥੇ, ਕਿਹੜਾ ਅਸੀਂ ਇਕੱਲੇ ਸੀ। ਜਿਹਨਾਂ ਦੇ ਨਾਲ ਬੰਦੇ ਚੰਗੇ ਭਲੇ ਸੀ ਉਹ ਅਗਾਂ ਚਾਰੇ ਨਾਲ ਤਾਂਗਾ ਕਰ ਲੈਂਦੇ ਸੀ। ਸਹੀ, ਜਿਹਨਾਂ ਦੇ ਨਾਲ ਕੋਈ ਵਡੇਰਾ ਸੀ ਜਾਂ ਬੱਚਾ ਸੀ ਉਹਨਾਂ ਨੂੰ ਤਾਂਗਾ ਨਹੀਂ ਸੀ ਲੱਭਦਾ। ਹੈਂ, ਫਿਰ ਉੱਥੇ ਉਹ ਗੱਡੀ ਉਹ ਵੱਡੀ ਹੋਈ ਤਾਂ ਫਿਰ ਉਹ ਅਸੀਂ ਕਸੂਰ ਆਏ ਹਾਂ। 8 ਪਹਿਰਾਂ ਦੇ ਵੀ 12 ਪਹਿਰ ਭੁੱਖਿਆਂ ਨੂੰ ਹੋ ਗਏ ਸੀ। ਦਾਦੀ ਨੂੰ ਆਖਿਆ ਮਾਂ ਹੁਣ ਕੋਈ ਲੈ ਕੇ ਦੇ, ਉਸ ਆਖਿਆ ਪੁੱਤਰ ਮੈਂ ਕੀ ਲੈ ਕੇ ਦਿਆਂ, ਉਹ ਉਸ 1 ਰੁਪਈਆ ਦਿੱਤਾ ਅਤੇ ਇੰਨੀ ਇੰਨੀ ਦੂਰ 'ਤੇ ਬੈਠੇ ਸੀ ਟੋਕਰਿਆਂ ਵਾਲੇ ਗੁੜ ਲਈ, ਇੰਨੀਆਂ ਕੁ ਪਿਓਸੀਆਂ ਸੀ, ਇੰਨੀਆਂ ਸਿਰਫ ਪਤਾਸੇ ਵੱਡੇ ਜਿੱਡੀਆਂ ਉਹ 1 ਰੁਪਈਏ ਦੀ ਯਕੀਨ ਕਰਿਓ ਉਹ 1 ਰੁਪਈਏ ਦੀ ਉਹ ਪਿਓਸੀ ਉਹਨਾਂ ਇੰਨੀ ਕੁ ਦਿੱਤੀ। ਮੈਂ ਉਹ ਖਾਧੀ, ਮੈਂ ਕਿਹਾ ਦਾਦੀ ਮੇਰਾ ਕੁਝ ਨਹੀਂ ਬਣਿਆ,
ਫਿਰ ਉਹਨੇ 1 ਰੁਪਈਆ ਦਿੱਤਾ ਲੈ ਕਹਿੰਦੀ ਹੁਣ ਇੰਨੀ ਇੰਨੀ ਧੁੱਪੇ ਉਸੀ ਸੀ ਭੁੱਖੇ 12 ਪੈਰਾਂ ਦੇ ਸੀ ਮੈਂ ਕਿਹਾ ਦਾਦੀ ਮੇਰਾ ਕੁਝ ਨਹੀਂ ਬਣਿਆ ਮੈਨੂੰ ਰੋਟੀ ਦਿਓ ਉਸ ਆਖਿਆ ਪੁੱਤਰ ਇੱਕ ਹੋਰ ਲਾਇਆ ਉਹ ਫਿਰ ਜਦੋਂ 3 ਖਾ ਲਈਆਂ ਕਹਿੰਦੀ ਕੋ ਤਸੱਲੀ ਹੋਈ ਆ ਮੈਂ ਕਿਹਾ ਦਾਦੀ ਮੈਂ ਕੋਈ ਨਹੀਂ ਰੱਜਿਆ ਰੁਜਿਆ ਫਿਰ ਉਹਨੇ ਮੈਨੂੰ ਉੱਠ ਕੇ ਨਲਕਾ ਦੇਖ ਕੇ ਨਲਕੇ ਤੋਂ ਪਾਣੀ ਪਿਆਇਆ ਜਦੋਂ ਪਾਣੀ ਮੈਂ ਪੀ ਲਿਆ ਮੈਨੂੰ ਕਹਿੰਦੀ ਪੁੱਤ ਹੁਣ ਦੱਸ ਮੈਂ ਕਿਹਾ ਆਹ ਦਾਦੀ ਹੁਣ ਮੈਂ ਰੱਜ ਗਿਆ ਨਹੀਂ ਫਿਰ ਅਸੀਂ ਉੱਥੇ ਸੁੱਤੇ ਅਤੇ ਸਵੇਰ ਨੂੰ ਜਿਹੜਾ ਪੈਦਲ ਕਾਫਲਾ ਸੀ ਉਹ ਵੀ ਆ ਰਲਿਆ ਉਹ ਵੀ ਆ ਫਿਰ ਉਦੋਂ ਇਕੱਠੇ ਨਿਕਲੇ ਹਾਂਜੀ ਹਾਂਜੀ ਉੱਥੋਂ ਫਿਰ ਕਾਫਲਾ ਕਸੂਰੋਂ ਇਕੱਠੇ ਨਿਕਲੇ ਨੇ ਉੱਥੇ ਮਰੀ ਬੇਹਿਸਾਬ ਦੁਨੀਆ ਕਾਫੀ ਦੁਨੀਆ ਮਰੀ ਬਹੁਤ ਕਾਫੀ ਮਰੀ ਆ ਉਹ ਖੂਹਾਂ ਕਾਂ ਦੇ ਵਿੱਚ ਉਹਨਾਂ ਨੇ ਜ਼ਹਿਰਾਂ ਸਿੱਟੀਆਂ ਹੋਈਆਂ ਸੀ ਪਾਣੀ ਵੀ ਨਹੀਂ ਪੀ ਸਕਦੇ ਸੀ ਪਾਣੀ ਪੀਂਦੇ ਸੀ ਤਾਂ ਮਰਦੇ ਸੀ ਉਹ ਜਦੋਂ ਪਾਣੀ ਪੀ ਪੀ ਕੇ ਮਰਨ ਲੱਗੀ ਦੁਨੀਆ ਉੱਠ ਕੇ ਭੱਜ ਲਈ ਹੈ ਜ਼ਹਿਰਾਂ ਪਾਈਆਂ ਸੀ ਜਦੋਂ ਦੇਖਿਆ ਵੀ ਇਹਨੇ ਪਾਣੀ ਪੀ ਲਿਆ ਮਰ ਗਿਆ ਅਤੇ ਮੈਂ ਕਦੋਂ ਪੀਂਦਾ ਫਿਰ ਫਿਰ ਉਹ ਦੁਨੀਆ ਉੱਥੋਂ ਉੱਠ ਕੇ ਕਾਹਲ ਨਾਲ ਭੱਜੀ ਆ ਨਹੀਂ ਉਦੋਂ ਤਾਂ ਸ਼ੁਕਰ ਅਲਹਮਦੋ ਕੀਤਾ ਸੀ ਵੀ ਜੇ ਇੱਥੇ ਕੋਈ ਟੁੱਕਦੀ ਬੁਰਕੀ ਦੇਵੇ 4 ਦਿਨ ਗੁਜ਼ਾਰ ਲਈਏ ਪਰ ਉਹ ਜਦੋਂ ਦੁਨੀਆ ਦਾ ਹਾਲ ਦੇਖਿਆ ਅਤੇ ਫਿਰ ਦੁਨੀਆ ਉੱਠ ਗਈ ਉੱਠ ਕੇ ਲਾਹੌਰ ਫਿਰ ਕੰਪ 'ਚ ਆ ਕੇ ਬੈਠੀ ਕੰਪ 'ਚ ਉੱਥੇ ਕਿੰਨੇ ਦਿਨ ਰਹੇ ਲਾਹੌਰ ਉੱਥੇ ਕੋਈ ਮਹੀਨਾ ਰਹੋ ਕੋਈ 2 ਮਹੀਨੇ ਰਹੋ ਕੋਈ 10 ਦਿਨ ਰਹੋ ਤਸੱਲੀ ਹੋ ਗਈ ਬਚ ਗਏ ਹਾਂ ਫਿਰ ਤਸੱਲੀ ਹੋਈ ਸੀ ਵੀ ਹੁਣ ਬਚ ਗਏ ਉੱਥੇ ਜੀ ਰਾਸ਼ਨ ਸਪਲਾਈ ਹੁੰਦਾ ਸੀ ਖਾਣ ਪੀਣ ਨੂੰ ਵਿਹਲੇ ਜ਼ੋਰ ਇੱਥੇ ਆ ਕੇ ਤੁਹਾਨੂੰ ਰੋਟੀ ਚੰਗੀ ਲੱਭਦੀ ਰਹੀ ਹਾਂਜੀ ਲਾਹੌਰ ਉੱਥੋਂ ਫਿਰ ਤੁਸੀਂ ਕਿਹੜੇ ਕਿਹੜੇ ਪਿੰਡਾਂ 'ਚ ਗਏ ਹੈਂ ਉੱਥੋਂ ਕਿਹੜੇ ਪਿੰਡਾਂ 'ਚ ਨਿਕਲੇ ਹੋ ਅਸੀਂ ਜੀ ਉੱਥੋਂ ਫਿਰ ਤੁਰ ਕੇ ਗਏ ਹਾਂ ਇੱਧਰ ਵਡਾਲਾ ਸੰਧੂਆਂ ਦਾ ਪਸਰੂਰ ਵਾਲੀ ਸੜਕ 'ਤੇ ਹੈਂ ਉੱਥੇ ਉੱਥੇ ਰਹੇ ਹਾਂ ਅਸੀਂ ਕੋਈ 2 ਸਾਲ 2 ਸਾਲ ਉੱਥੋਂ ਫਿਰ ਅੱਬਾ ਆਖਣ ਲੱਗਿਆ ਵੀ ਇੱਥੇ ਕੀ ਕਰਨਾ ਯਾਰ ਖੋਰੇ ਮਰਨਾ ਕਿ ਬਚਣਾ ਕਿੱਥੇ ਜਾਣਾ ਜੋ ਕੁਝ ਪਿਛਲਾ ਹੈ ਉਹ ਤਾਂ ਖਾ ਲਈਏ ਉੱਥੋਂ ਫਿਰ ਅਸੀਂ ਆ ਕੇ ਬਹਿ ਗਏ ਲਾਹੌਰ ਕੰਪ 'ਚ ਫਿਰ ਦੁਬਾਰਾ ਜਾਂ ਕੰਪ 'ਚ ਆ ਕੇ ਬੈਠਿਆ ਅਤੇ ਮਾਮਾ ਲੱਭ ਗਿਆ ਉਹਨੂੰ ਅਤੇ ਮਾਮੇ ਨੂੰ ਆਖਣ ਲੱਗਿਆ ਵੀ ਕਿੱਧਰ ਨੂੰ ਚੱਲੀਏ ਉਹ ਸੀ ਇੱਧਰ ਬਾਰਡਰ ਦੇ ਨਾਲ ਲੱਗਦੇ ਸੰਮੇ ਸੱਠੇ ਵੱਲੋਂ ਉਹ ਆਉਂਦੇ ਹੁੰਦੇ ਬਹੌਲਪੁਰੋਂ ਡਾਚੀਆਂ ਲੈਣ ਉਹ ਆਖਣ ਲੱਗਿਆ ਵੀ ਬਾਈ ਆਹ ਖੁੱਲ੍ਹੀ ਰੋਹੀ ਹੈ ਇੱਧਰ ਨੂੰ ਚੱਲਦੇ ਹਾਂ ਅਸੀਂ ਫਿਰ ਇੱਥੋਂ ਲਾਹੌਰ ਕੰਪ 'ਚੋਂ ਉੱਠ ਕੇ ਅਸੀਂ ਫਿਰ ਸੰਮੇ ਸੱਠਿਓਂ ਅੱਗੇ ਇੱਧਰ ਨੂੰ ਇੱਕ ਪਿੰਡ ਸੀ ਹੁਣ ਪਿੰਡ ਦਾ ਤਾਂ ਨਾਂ ਯਾਦ ਨਹੀਂ ਉੱਥੇ ਟੁਰ ਗਏ ਸੀ ਉੱਥੇ ਫਿਰ ਅਸੀਂ ਰਹੇ ਹਾਂ 1 ਸਾਲ ਉੱਥੇ ਫਿਰ ਮਾਮਾ ਗੁਜ਼ਰ ਗਿਆ ਅੱਬਾ ਆਖਣ ਲੱਗਿਆ ਹੁਣ ਨਹੀਂ ਦਿਲ ਲੱਗਦਾ ਇਕੱਲੇ ਸੀ ਅਤੇ ਉਹ ਫਿਰ ਉੱਥੋਂ ਆ ਕੇ ਅਸੀਂ ਬੈਠੇ ਹਾਂ ਖਾਸ ਮਿੰਟ ਕੁਮਰੀ ਸ਼ਹਿਰ ਦੇ ਵਿੱਚ ਉੱਥੋਂ ਉੱਠਿਆ ਫਿਰ ਅਸੀਂ ਕਾਦਰਾਬਾਦ ਦਾ ਟੇਸਾਂ ਲੱਗਦਾ ਇੱਧਰ ਨੂੰ ਝੁੱਗੀਆਂ ਨੇ ਮੋਚੀਆਂ ਦੀਆਂ ਝੁੱਗੀਆਂ ਵੱਜਦੀਆਂ ਸੀ ਹੁਣ ਤਾਂ ਉਹ ਫੌਜੀਆਂ ਦੀਆਂ ਝੁੱਗੀਆਂ ਵੱਜਦੀਆਂ ਨੇ ਉੱਥੇ 6 ਭਰਾ ਸੀ ਆਹ ਚੱਲਦੇ ਸੀ ਮੇਰਾ ਖਿਆਲ ਚੱਲਦੇ ਉਹ ਪਿੱਛੇ ਫੌਜੀ ਸੀ ਸਾਰੇ ਉਹ ਬੈਠੇ ਸੀ ਉੱਥੇ ਫਿਰ ਅਸੀਂ ਉੱਥੇ ਬੈਠੇ ਰਹੇ ਹਾਂ ਉੱਥੇ ਆ ਕੇ ਫਿਰ ਅੱਬੇ ਨੇ ਤਾਂਗਾ ਘੋੜਾ ਬਣਾ ਲਿਆ ਉਹ ਫਿਰ ਵੇਚਤਾ ਵੇਚ ਕੇ ਫਿਰ ਅਸੀਂ ਬੈਠੇ ਹਾਂ ਹਫਸਾਬਾਦ ਜਾ ਕੇ ਹਫਸਾਬਾਦੋਂ ਫਿਰ ਅਸੀਂ ਉੱਠੇ ਹਾਂ ਫਿਰ ਜਾ ਬੈਠੇ ਹਾਂ ਬਡਾਲੇ ਉੱਥੋਂ ਉੱਠ ਕੇ ਫਿਰ ਅਸੀਂ ਇੱਥੇ ਆ ਗਏ ਕੀ ਨਾਂ ਹੈ ਪਿੰਡ ਦਾ ਇਹਦਾ ਜਾਜੋ ਕੀ ਫਿਰ ਉਦੋਂ ਦੇ ਇੱਥੇ ਬੈਠੇ ਹਾਂਜੀ ਮੇਲਾ ਕੋਈ ਨੀ ਸੀ ਲੱਗਦਾ ਹੋਰ ਉੱਥੇ ਕੋਈ ਆਉਂਦੇ ਜਾਂਦੇ ਸੀ ਬੋਲਦੇ ਚੱਲਦੇ ਸੀ ਆ ਜਿਹੜੇ ਡੋਗਰੇ ਸੀ ਇਹਨਾਂ ਜਿੰਨੇ ਉਹ ਜ਼ਾਲਮ ਨਹੀਂ ਸੀ ਇਹਨਾਂ ਜਿੰਨੇ ਉਹ ਜ਼ਾਲਮ ਨਹੀਂ ਸੀ ਬੜੇ ਸਕੂਨ ਨਾਲ ਰਹਿੰਦੇ ਹਿੰਦੂ ਹੋਏ ਸਿੱਖ ਹੋਏ ਮੁਸਲਮਾਨ ਉਸ ਵੇਲੇ ਰਲ ਕੇ ਰਹਿੰਦੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਕਿਹਾ ਵੀ ਕੰਮ ਹੋਣਾ ਸਾਡੇ ਪਿੰਡ 'ਚ ਸਿੱਖਾਂ ਦਾ ਕੋਈ ਘਰ ਨਹੀਂ ਸੀ ਇਹ ਸਾਡਾ ਮੁਸਲਮਾਨਾਂ ਦਾ ਸਾਰਾ ਪਿੰਡ ਮੁਸਲਮਾਨਾਂ ਦਾ ਸੀ ਚੂੜੇ ਜਮਾਲ ਹੈ ਸੀ ਦੂਸਰਾ ਕੋਈ
ਉਸ ਵੇਲੇ ਕੋਈ ਵਿਆਹ ਖਾਧੇ ਸਨ? ਕਿੱਥੇ ਜੀ? ਹਿੰਦੁਸਤਾਨ 'ਚ ਖੀਰ ਪਕਾਉਣੀ ਆ ਉਹਨੇ ਟੋਟਾ ਦੇ ਦੇਣਾ, ਜੇ ਕਹਿਣਾ ਅਬਾਲ ਮੈਂ ਪਕਾਉਣੇ ਨੇ ਉਹਨੇ ਮੋਟੀ ਦੇ ਦੇਣੇ, ਜੇ ਕਹਿਣਾ ਬਈ ਅਸੀਂ ਵਿਆਹ ਕਾਰਜ ਤੇ ਕਰਨੇ ਨੇ ਉਹਨੇ ਬਾਸਪਤੀ ਦੇ ਦੇਣੇ। ਸਵੇਰ ਨੂੰ ਵੀ ਰਹਿਣਾ, ਪਰਸੋਂ ਨੂੰ ਵੀ ਰਹਿਣਾ, ਚੌਥੇ ਦਿਨ ਉਹਨਾਂ ਵਿਦਿਆ ਜੰਜ ਕਰਨੀ। ਕੜਾਹ ਸੁਣਿਆ ਬੜਾ ਪਕਾਉਂਦੇ ਹੁੰਦੇ ਸੀ, ਕੜਾਹ ਵੀ ਪਕਾਉਂਦੇ ਹੁੰਦੇ ਸੀ ਤੇ ਇੱਕ ਰੋਟੀ ਦੇ ਉੱਤੇ ਆਹ ਸਾਡੇ ਕਹਿੰਦੇ ਹੁੰਦੇ ਬੂਰਾ ਖੰਡ ਪੀਸੀ ਹੋਈ ਹੁੰਦੀ ਸੀ, ਉਹ ਘੀ ਨੂੰ ਕੋਈ ਚੂਸਦੀ ਵੀ ਸੀ। ਹੈਂ, ਉਹ 12 ਵਜੇ ਦੀ ਫਿਰ ਰੋਟੀ ਦਿੰਦੇ ਹੁੰਦੇ, ਦੇਸੀ ਘੀ ਦੇ ਪੀਪੇ ਕੋਲ ਕੋਲੇ ਰੱਖ ਕੇ ਤੇ ਉੱਤੇ ਧਰ ਲੈਂਦੇ ਹੁੰਦੇ। ਉਹ ਆਉਂਦੇ ਹੁੰਦੇ ਸੀ ਵੀ ਮੁੰਡੇ ਹੋਵੇ ਕਿਸੇ ਨੇ ਘੀ ਪੀਣਾ ਹੋਵੇ ਤਾਂ ਪੀ ਸਕਦਾ। ਅੱਛਾ, ਖੁੱਲਾ ਘੀ? ਖੁੱਲਾ ਕੁੱਲਾ ਘੀ, ਹੈਂ, ਮਿੱਠਾ ਪਾ ਕੇ ਪੀਵੋ, ਉਂਜ ਪੀਵੋ। ਬਹੁਤੇ ਬੰਦੇ ਸੀ ਜਿਹੜੇ ਕਿਲੋ ਕਿਲੋ ਪੀਂਦੇ ਹੁੰਦੇ ਸੀ, ਪੀਂਦੇ ਸੀ ਕਿਲੋ ਕਿਲੋ ਘੀ ਪੀ ਜਾਂਦੇ ਸੀ। ਹੈਂ, ਉਦੋਂ ਖੁਰਾਕਾਂ ਚੰਗੀਆਂ ਸੀ, ਉਦੋਂ ਬਚਪਨ ਤੋਂ ਖਾਂਦੇ ਸੀ। ਆਹ ਕਿੱਥੇ ਸੀ ਵੀ ਆਹ ਦੁੱਧ ਵਿਕ ਗਿਆ ਘਰ ਭਾਂਡੇ 'ਚ ਹੈ ਹੀ ਨਹੀਂ। ਡਾਂਬਰੀ ਤਮਾਕੂ ਡਾਲਦਾ ਕੀ ਤੇ ਤੇਜ ਪੱਤੀ ਦੀ ਚਾਹ ਚੱਲੀ ਇਹ ਚਾਹ ਦਾ। ਦਿਲ ਕੀਤਾ ਪਿੰਡ ਵੇਖਣ ਨੂੰ ਦੁਬਾਰਾ? ਹੈਂ ਜੀ, ਪਿੰਡ ਦੇਖਣ ਨੂੰ ਦਿਲ ਕੀਤਾ ਕਦੀ? ਲੈ, ਦਿਲ ਹੁਣ ਕਾਹਦਾ ਕਰਨਾ, ਆ ਗਏ। ਤੁਹਾਡੇ ਵਿੱਚੋਂ ਕਦੀ ਕੋਈ ਗਿਆ ਨਹੀਂ ਵਾਪਸ? ਨਹੀਂ। ਜਾਂ ਇਸ ਪਿੰਡ ਦਾ ਕੋਈ ਆਇਆ ਹੋਵੇ ਉਧਰੋਂ? ਨਹੀਂ, ਕੋਈ ਨਹੀਂ, ਘਰ ਪੱਕੇ ਸਨ ਕਿ ਕੱਚੇ ਸਨ? ਰਲ ਨਹੀਂ ਸੀ ਕੋਈ, ਉਹ ਪੱਕਾ ਸੀ ਨਹੀਂ, ਕੱਚਾ ਹੀ ਕੰਮ ਚੱਲ ਰਿਹਾ। ਗੁਰਦੁਆਰਾ ਵਗੈਰਾ? ਗੁਰਦੁਆਰਾ ਹੈਗਾ ਸੀ? ਹਾਂਜੀ, ਜਿੱਥੇ ਜਗ੍ਹਾ ਮਿਲੀ ਵੀ ਇੱਥੇ ਬਹਿ ਜਾਓ, ਰਾਤ ਕੱਟਾਂਗੇ ਉੱਥੇ ਬਹਿ ਗਏ ਆ, ਨਾ ਕੋਈ ਜਗ੍ਹਾ ਲੱਭੀ ਗੁਰਦੁਆਰੇ 'ਚ ਬਹਿ ਗਏ। ਹੈਂ, ਸਹੀ ਹੋ ਗਿਆ। ਚਲੋ ਜੀ, ਬਜ਼ੁਰਗੋ ਬੜੀ ਮਿਹਰਬਾਨੀ।